ਦੇ ਸ਼ੀਸ਼ੇ ਦੇ ਮਹਿਲ 'ਚ ਬੈਠ ਕੇ ਪੱਥਰ ਹੋਰਾਂ 'ਤੇ ਮਾਰੋ ਅਤੇ ਪਹਿਲਾਂ ਆਪਣੇ ਆਪ ਵੱਲ ਦੇਖੋ ਕੀ ਕੁਛ ਕੀਤਾ ਤੁਸੀਂ। ਅਤੇ ਮੈਂ ਉਹਨੂੰ ਕਹਿਣਾ ਚਾਹੁੰਦੀ ਹਾਂ ਕਿ ਪਹਿਲਾਂ ਉਹਦੇ ਮੰਜੇ ਥੱਲੇ ਸੋਟਾ ਫੇਰੋ। ਜਿਹੜੇ ਰੱਬ ਦਾ ਨਾਂ ਲੈ ਰਹੇ ਆ ਉਹਨਾਂ ਨੂੰ ਛਲਨੀ ਛਲਨੀ ਕਰਤਾ ਗੋਲੀਆਂ ਚਲਾ ਕੇ, ਇਹ ਸਰਕਾਰ 'ਚ ਘੁੰਗੜੀਆਂ ਪਾ ਕੇ ਬੈਠੇ ਰਹੇ। ਦਿੱਤਾ ਅਸਤੀਫਾ ਕਿਸੇ ਨੇ? ਚਾਹੇ ਉਹ ਪਰਮਿੰਦਰ ਢੀਂਡਸਾ ਸੀ, ਹੋਰ ਦਿੱਤਾ ਅਸਤੀਫਾ ਕਿਸੇ ਨੇ? ਜਿਹੜੀ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਜਿਹੜਾ ਚਿੱਟਾ ਆਇਆ ਇਹਦੇ ਸਮੇਂ 'ਚ ਆਇਆ, ਅਕਾਲੀ ਦਲ ਦੀ ਸਰਕਾਰ ਸਮੇਂ ਹੋਈ, ਉਦੋਂ ਹੀ ਸਾਰਾ ਕੁਛ ਇਹ ਸਾਰੇ ਲੋਕ ਸਾਡੇ ਚਿੱਟੇ ਦਾ ਪ੍ਰਭਾਵ ਚੱਲੀ, ਜਿਹਨੂੰ ਅੱਜ ਤੱਕ ਖਤਮ ਕਰਦੇ ਕਰਦੇ ਅਸੀਂ ਵੀ ਅਜੇ ਜ਼ੋਰ ਲਾ ਰਹੇ ਹਾਂ, ਪੂਰੀ ਤਰ੍ਹਾਂ ਖਤਮ ਨਹੀਂ ਅਜੇ ਕਰ ਸਕੇ। ਇਹ ਜਵਾਬ ਦੇਣ ਇਸ ਗੱਲ ਦਾ ਕਿ ਉਹ ਦੋਵੇਂ ਇੰਸੀਡੈਂਟ, ਮੋਗੇ ਵਾਲਾ ਅਤੇ ਇੱਥੇ ਵਾਲਾ, ਉਹਦੇ ਵਿੱਚ ਇਹਨਾਂ ਨੇ ਕੀ ਸਜ਼ਾ ਦਵਾਈ ਜਾਂ ਕੀ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਹੈ? ਕੁੜਿਆਂ 'ਚ ਵੰਡੀ ਜਾਣ ਵਾਲੀ ਅਕਾਲੀ ਦਲ ਦੀ ਪਾਰਟੀ, ਬੀਤੇ ਦਿਨੀ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਨੇ ਜ਼ੋਰ ਫੜ ਲਿਆ। ਇਹ ਸਿਆਸਤ ਨਾ ਲੋਕਾਂ 'ਤੇ ਪੈ ਰਹੇ ਟੈਕਸਾਂ ਦੀ, ਨਾ ਬਿਜਲੀ ਬਿੱਲਾਂ ਨੂੰ ਘੱਟ ਕਰਨ ਦੀ, ਨਾ ਨੌਕਰੀਆਂ ਦੀ, ਅਤੇ ਨਾ ਹੀ ਅਜਿਹੀ ਕਿਸੇ ਹੋਰ ਤਕਲੀਫ਼ ਨੂੰ ਘੱਟ ਕਰਨ ਬਾਰੇ, ਸਗੋਂ ਇਹ ਸਿਆਸਤ ਇੱਕ ਦੂਜੇ ਨੂੰ ਗੈਂਗਸਟਰਾਂ ਦਾ ਹਿਮਾਇਤੀ ਸਾਬਤ ਕਰਨ ਦੀ। ਬੀਤੇ ਦਿਨੀ ਬਿਕਰਮ ਮਜੀਠੀਆ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਗੈਂਗਸਟਰਾਂ ਦਾ ਸਾਥੀ ਸਾਬਿਤ ਕਰਨ ਲਈ ਕਈ ਤਰ੍ਹਾਂ ਦੇ ਕਥਿਤ ਸਬੂਤ ਮੀਡੀਆ ਅੱਗੇ ਰੱਖੇ, ਤਾਂ ਜਵਾਬ ਵਿੱਚ ਰੰਧਾਵਾ ਨੇ ਵੀ ਮਜੀਠੀਆ ਦੀਆਂ ਕਈ ਗੈਂਗਸਟਰਾਂ ਨਾਲ ਕਥਿਤ ਤਸਵੀਰਾਂ ਲੋਕਾਂ ਅੱਗੇ ਲਿਆ ਰੱਖੀਆਂ। ਪਰ ਹੁਣ ਇਸ ਸਭ ਵਿੱਚ ਬੀਬੀ ਰਜਿੰਦਰ ਕੌਰ ਭੱਠਲ ਨੇ ਵੀ ਹੱਥ ਅਜਮਾਈ ਕੀਤੀ ਹੈ। ਬੀਬੀ ਭੱਠਲ ਨੇ ਮਜੀਠੀਆ ਅਤੇ ਢੀਂਡਸਾ ਵੱਲੋਂ ਲਾਏ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਬੀਬੀ ਭੱਠਲ ਨੇ ਕਿਹਾ ਕਿ ਕਾਂਗਰਸ 'ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਅਕਾਲੀਆਂ ਨੂੰ ਆਪਣੇ ਮੰਜੇ ਹੇਠਾਂ ਸੋਟਾ ਫੇਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਦਲਿਤ ਵਿਰੋਧੀ ਰਿਹਾ ਹੈ। ਅਕਾਲੀ ਦਲ ਦੀ ਸਰਕਾਰ ਸਮੇਂ ਦਲਿਤਾਂ ਉੱਪਰ ਜੋ ਅਤਿਆਚਾਰ ਹੋਏ ਨੇ ਉਹ ਕਿਸੇ ਤੋਂ ਵੀ ਲੁਕੇ ਨਹੀਂ। ਕੱਲ੍ਹ ਇੱਕ ਮਜੀਠੀਏ ਅਤੇ ਢੀਂਡਸੇ ਨੇ ਸ਼ਬਦ ਮਿਲੇ ਹੈ, ਆਈ ਜੀ ਨੂੰ ਮਿਲੇ, ਜਾਂ ਪੀ ਜੀ ਨੂੰ ਮਿਲੇ, ਜਾਂ ਕਿਹਨੂੰ ਮਿਲੇ ਹੈਗੇ, ਕੋਈ ਪ੍ਰੈਸ ਕਾਨਫਰੰਸ ਕੀਤੀ ਸੀ, ਉਸ ਤੋਂ ਬਾਅਦ ਸਾਡੀ ਸਰਕਾਰ 'ਤੇ ਤੁਹਮਤਾਂ ਲਾਈਆਂ ਅਤੇ ਕਈ ਇਲਜ਼ਾਮ ਲਾਏ, ਆਹ ਦੋ ਕੇਸਾਂ ਦਾ ਮੈਂਸ਼ਨ ਵੀ ਕੀਤਾ ਉਹਨਾਂ। ਮੈਂ ਇਹਨੂੰ ਸੁਣ ਕੇ, ਮੇਰੇ ਕੋਲ ਵੀਡੀਓ ਭੇਜੀ ਕਿਸੇ ਨੇ, ਹੈਰਾਨਗੀ ਹੋਈ। ਅਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਪਹਿਲਾਂ ਉਹਦੇ ਮੰਜੇ ਥੱਲੇ ਸੋਟਾ ਫੇਰੋ। ਇਲਜ਼ਾਮ ਲਾਉਣ ਤੋਂ ਪਹਿਲਾਂ ਤੁਸੀਂ ਜਿਵੇਂ ਕਹਿੰਦੇ ਸ਼ੀਸ਼ੇ ਦੇ ਮਹਿਲ 'ਚ ਬੈਠ ਕੇ ਪੱਥਰ ਹੋਰਾਂ 'ਤੇ ਮਾਰੋ ਅਤੇ ਪਹਿਲਾਂ ਆਪਣੇ ਆਪ ਵੱਲ ਦੇਖੋ ਕੀ ਕੁਛ ਕੀਤਾ ਤੁਸੀਂ। ਅਕਾਲੀ ਦਲ ਨੂੰ ਤਾਂ ਹੱਕ ਹੀ ਨਹੀਂ ਅਜੇ ਗੱਲਾਂ ਕਰਨ ਦਾ। ਅਕਾਲੀ ਦਲ ਦੀ ਸਰਕਾਰ ਦੇ ਸਮੇਂ 'ਚ ਦੋ ਐਡੇ ਵੱਡੇ ਇੰਸੀਡੈਂਟ ਹੋਏ ਸੀ ਦਲਿਤ ਪਰਿਵਾਰਾਂ ਨਾਲ। ਇੱਕ ਹੋਇਆ ਸੀ ਪੱਕਾ ਕਲਾਂ ਬਠਿੰਡੇ 'ਚ, ਜਿਹਦੇ 'ਚ ਉਹ ਸਾਰਾ ਦਲਿਤ ਪਰਿਵਾਰ ਬੱਚਿਆਂ ਸਮੇਤ 4-5 ਮੈਂਬਰ ਸੀਗੇ, ਉਹਦੀ ਪਤਨੀ ਵੀ ਹੋਰ ਸਾਰੇ ਸੀ, ਉਹਨਾਂ ਨੇ ਕੁੱਪ 'ਚ ਆਪਦੇ ਆਪ ਨੂੰ ਕਰਕੇ ਅੱਗ ਲਾ ਕੇ ਬੱਚੇ ਸੀ। ਇਹਨਾਂ ਦੇ ਅਕਾਲੀ ਦਲ ਦੀ ਸਰਕਾਰ ਦੇ ਸਤਾਏ ਹੋਏ ਲੋਕ, ਇਹ ਸਰਕਾਰ ਗੁੰਗੀ ਬਣ ਕੇ ਬੈਠੀ ਰਹੀ, ਇਹ ਸਾਰੀ ਮੰਤਰੀ ਸੀ ਉਹਦੇ ਵਿੱਚ। ਦੂਜਾ ਇੰਸੀਡੈਂਟ ਵਾਪਰਿਆ ਸੀ ਮੋਗੇ ਦੇ ਵਿੱਚ, ਮੋਗੇ ਵਿੱਚ ਵੀ ਇਹੀ ਦਲਿਤ ਪਰਿਵਾਰ ਜਿਨ੍ਹਾਂ ਨੂੰ ਵਾਰ ਵਾਰ ਉਹਨੇ ਬਿਆਨ ਦਿੱਤੇ ਅਖਬਾਰਾਂ 'ਚ ਕਿ ਸਾਨੂੰ ਟੋਰਚਰ, ਜਿਉਣਾ ਔਖਾ ਕੀਤਾ, ਆਹ ਕੀਤਾ, ਉਹ ਆਪਦੇ ਬੱਚਿਆਂ ਸਮੇਤ, ਹਰ ਉਹਦੀ ਵਾਈਫ ਵੀ ਪ੍ਰੈਗਨੈਂਟ ਸੀ, ਉਸ ਸਿਚੁਏਸ਼ਨ ਦੇ ਵਿੱਚ 2-3 ਬੱਚਿਆਂ ਨੂੰ ਨਾਲ ਲੈ ਕੇ ਰੇਲ 'ਤੇ ਆਪਣੇ ਆਪ ਨੂੰ ਟੁਕੜੇ ਟੁਕੜੇ ਹੋਏ ਸੀਗੇ। ਇਹ ਦੋ ਵੱਡੇ ਇੰਸੀਡੈਂਟ ਅਕਾਲੀ ਦਲ ਦੀਆਂ ਕਾਲੀਆਂ ਕਰਤੂਤਾਂ ਦਾ ਕੱਚਾ ਚਿੱਠਾ ਖੋਲਦੇ, ਉਹਦਾ ਜਵਾਬ ਦੇਣ ਪਹਿਲਾਂ ਇਹ ਸਾਡੇ ਦੂਜੇ ਪਾਸੇ ਹਮਦਰਦੀ ਕਰਨ ਨਾਲੋਂ ਸੱਚੀ ਹਮਦਰਦੀ ਤਾਂ ਹੈ ਹੀ ਨਹੀਂ ਇਹਨਾਂ ਦੇ ਕੋਲ। ਕਿਸੇ ਪਾਸੇ ਜੇ ਸੱਚੀ ਹਮਦਰਦੀ ਇਹ ਚਾਹੁੰਦੇ ਕਰਨਾ ਤਾਂ ਦੱਸੋ ਕਿ ਤੁਹਾਡੇ ਸਮੇਂ 'ਚ ਆਹ ਇੰਸੀਡੈਂਟ ਵਾਪਰੇ। ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਬਰਗਾੜੀ ਕਾਂਡ ਵੀ ਅਕਾਲੀਆਂ ਦੇ ਸਮੇਂ ਹੀ ਵਾਪਰਿਆ ਸੀ, ਪਰ ਦੋਸ਼ੀਆਂ ਨੂੰ ਫੜਨ ਦੀ ਬਜਾਏ ਅਕਾਲੀ ਚੁੱਪ ਚਪੀਤੇ ਬੈਠੇ ਸੱਤਾ ਦਾ ਆਨੰਦ ਮਾਣਦੇ ਰਹੇ। ਉਹਨਾਂ ਇਲਜ਼ਾਮ ਲਗਾਇਆ
ਕਿ ਆਪਣੀ ਸਰਕਾਰ ਸਮੇਂ ਅਕਾਲੀਆਂ ਨੇ ਗੈਂਗਸਟਰਾਂ ਨੂੰ ਵਿਧਾਇਕਾਂ ਵਾਲੇ ਅਧਿਕਾਰ ਦੇ ਰੱਖੇ ਸੀ, ਜਿਸ ਨਾਲ ਗੈਂਗਸਟਰ ਲੋਕਾਂ ਨੂੰ ਰੱਜ ਕੇ ਲੁੱਟਦੇ ਅਤੇ ਕੁੱਟਦੇ ਰਹੇ ਨੇ। ਗਾੜੀ ਤੇ ਉੱਥੇ ਹੋਇਆ ਬਹਿਬਲ ਕਲਾਂ, ਜਿਹੜੇ ਵਿਚਾਰੇ ਨਿਹੱਥੇ ਬੈਠੇ ਹੈ, ਜਿਹੜੇ ਰੱਬ ਦਾ ਨਾਂ ਲੈ ਰਹੇ ਹੈ, ਉਹਨਾਂ ਨੂੰ ਛਲਨੀ ਛਲਨੀ ਕਰਤਾ ਗੋਲੀਆਂ ਚਲਾ ਕੇ। ਇਹ ਸਰਕਾਰ 'ਚ ਘੁੰਗਣੀਆਂ ਪਾ ਕੇ ਬੈਠੇ ਰਹੇ। ਦਿੱਤਾ ਅਸਤੀਫਾ ਕਿਸੇ ਨੇ? ਚਾਹੇ ਉਹ ਪਰਮਿੰਦਰ ਢੀਂਡਸਾ ਸੀ, ਹੋਰ ਦਿੱਤਾ ਅਸਤੀਫਾ ਕਿਸੇ ਨੇ? ਔਰ ਮੈਨੂੰ ਹੈਰਾਨਗੀ ਹੈ, ਪਰਮਿੰਦਰ ਢੀਂਡਸਾ ਇੱਥੋਂ ਗੋਲ ਕਰਕੇ ਕਹਿ ਰਹੇ ਸੀ ਫਲਾਨਾ ਛੱਡਿਆ ਵੈ, ਸਾਡੇ ਕਿਸੇ ਹੈਨਰੀ ਦਾ ਕਿਸੇ ਨਾਂ ਲੈਂਦਾ ਸੀ, ਛੱਡਿਆ ਵਾ ਕਿਉਂ? ਤਾਂ ਪਿੰਡ ਹੈ ਇੱਥੇ, ਛੱਡਿਆ ਵਾ ਸੀਗਾ ਚੈਰੀ, ਇੱਥੇ ਜਿਹੜਾ ਦੀ ਸਕੀ ਮਾਸੀ ਦਾ ਮੁੰਡਾ ਸੀ, ਚੈਰੀ ਛੱਡਿਆ ਵਾ ਸੀ, ਜਿਹਨੇ ਉਹ ਕਤਲ ਵੀ ਉਹ ਮੁੰਡੇ ਦਾ, ਇਕੱਲੀਆਂ ਭੈਣਾਂ ਦਾ ਭਰਾ ਸੀ, ਉਹ ਬੁਲਟ ਜ਼ਮੀਨਦਾਰ ਵਾਲਾ ਸੀਗਾ, ਉਹਨੂੰ ਕਿਸ ਤਰ੍ਹਾਂ ਬੇਰਹਿਮੀ ਨਾਲ ਮਾਰਿਆ ਸੀ। ਉਹ ਚੈਰੀ ਜਿਹੜਾ ਇੱਥੇ ਉਦਘਾਟਨ ਕਰਦਾ ਸੀ, ਪੈਸੇ ਵੰਡਦਾ ਸੀ, ਚੈੱਕ ਵੰਡਦਾ ਸੀ, ਮੀਟਿੰਗਾਂ ਕਰਦਾ ਸੀ, ਸਾਰੀ ਉਹਨੂੰ MLA ਦੀ ਪਾਵਰ ਦੇ ਰੱਖੀ ਸੀ ਇਹਨਾਂ ਨੇ। ਇਹ ਸਰਕਾਰ ਵਿੱਚ ਬੈਠੇ ਹੋਏ ਉਹ ਛੱਡਿਆ ਦੀ ਮਾਸੀ ਦਾ ਮੁੰਡਾ ਲਿਆ ਕੇ ਇੱਥੇ, ਜਿਹਨੇ ਇਹੋ ਜਿਹਾ ਕੁਛ ਕੀਤਾ, ਔਰ ਜਿਹਦੇ ਬਾਰੇ ਜਿਹੜਾ ਇੱਕ ਗੈਂਗਸਟਰ ਹੈ, ਕੀ ਉਹਦਾ ਨਾਂ ਸੀ ਉਸ ਵੇਲੇ? ਰਵੀ ਦਿਓਲ। ਉਹਨੇ ਸਟੇਟਮੈਂਟ ਦਿੱਤੀ ਕਿ ਮੈਨੂੰ ਜਿਹੜਾ ਗੈਂਗਸਟਰ ਬਣਾਉਣ ਵਾਲਾ ਹੈਗਾ ਉਹ ਇਹ ਚੈਰੀ ਹੈ, ਜਿਹੜਾ ਪਰਮਿੰਦਰ ਸਿੰਘ ਢੀਂਡਸੇ ਦੀ ਸਕੀ ਮਾਸੀ ਦਾ ਸਕਾ ਮੁੰਡਾ, ਜਿਹਨੂੰ ਇੱਥੇ ਛੱਡਿਆ ਵਾ ਸੀ ਇਹਨਾਂ ਨੇ। ਇਹਦੇ ਇਹੋ ਜਿਹੇ ਜ਼ੁਲਮ ਇੱਥੇ ਕਰਾਉਣ ਵਾਲੇ ਲੋਕਾਂ ਨੂੰ ਕਿਸੇ ਹੋਰ ਵੱਲ ਝੂਠੀਆਂ ਉਂਗਲਾਂ ਕਰਨ ਦੀ ਲੋੜ ਹੈ? ਕਰ ਸਕਦੇ ਨੇ, ਆਪਦੇ ਆਪਣੇ ਮੰਜੇ ਥੱਲੇ ਸੁੱਟੀ ਫੇਰਨ ਪਹਿਲਾਂ ਆ ਕੇ? ਇਹ ਜਿਹੜੇ ਪੋਲੀਟੀਕਲ ਲੜਾਈ ਜੇ ਸਮਝਦੇ ਆ ਕਿ ਲੜਨੀ, ਸਾਡੇ ਨਾਲ ਪਲੇਟਫਾਰਮਾਂ 'ਤੇ ਲੜਨ, ਅਸੀਂ ਦੱਸੀਏ ਨਾ ਕੱਚੇ ਚਿੱਟੇ ਬੋਲ ਕੇ, ਹੋਰ ਵੀ ਬਹੁਤ ਸਾਰੇ। ਲੇਕਿਨ ਇਹ ਜੇ ਸਮਝਦੇ ਨੇ ਕਿ ਅਸੀਂ ਇਹੋ ਜਿਹੀਆਂ ਵਰਗਾੜੀ ਵਾਲੇ ਕਿੰਨਾਂ 'ਚ ਧੱਕਾ ਕਰ ਲਿਆ, ਇੱਥੇ ਕਰ ਲਿਆ, ਉੱਥੇ ਕਰ ਲਿਆ, ਅਤੇ ਅਸੀਂ ਅੱਜ ਸਿਆਸੀ ਪੌੜੀਆਂ ਉੱਤੇ ਝੂਠੀ ਤੁਮਤਬਾਜ਼ੀ ਲਾ ਕੇ ਅਸੀਂ ਫਿਰ ਆਪਣਾ ਪੋਲੀਟੀਕਲੀ ਜਾਂਦੇ ਹੋਵਾਂ, ਸਰਵਾਈਵਲ ਹੋਵਾਂਗੇ, ਉਹ ਲੋਕਾਂ ਨੂੰ ਰਿਜੈਕਟ ਕਰ ਚੁੱਕੇ ਨੇ, ਭੁੱਲ ਜਾਣ। ਇਹਨੂੰ ਤਾਂ ਓਪੋਜੀਸ਼ਨ 'ਚ ਨਹੀਂ ਲਿਆ ਲੋਕਾਂ ਨੇ, ਇਹ ਭੁੱਲ ਜਾਣ, ਇਹਨੇ ਸਰਕਾਰ ਆਉਂਦੀ ਨਹੀਂ, ਟੁਕੜਿਆਂ 'ਚ ਵੰਡੀ ਜਾਣ ਵਾਲੀ ਅਕਾਲੀ ਦਲ ਦੀ ਪਾਰਟੀ। ਭੱਠਲ ਨੇ ਕਿਹਾ ਕਿ ਸੂਬੇ ਅੰਦਰ ਗੈਂਗਸਟਰ ਕਲਚਰ ਅਤੇ ਚਿੱਟਾ ਅਕਾਲੀ ਦਲ ਦੀ ਦੇਣ ਹੈ, ਜਿਸ ਦਾ ਖਾਮਿਆਜਾ ਅੱਜ ਵੀ ਪੰਜਾਬ ਭੁਗਤ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਵੱਲੋਂ ਸੂਬੇ ਅੰਦਰ ਗੈਂਗਸਟਰ ਕਲਚਰ ਅਤੇ ਨਸ਼ੇ ਨੂੰ ਖਤਮ ਕਰਨ ਦੀਆਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਲੇਕਿਨ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਜਿਹੜਾ ਚਿੱਟਾ ਆਇਆ, ਇਹਦੇ ਸਮੇਂ 'ਚ ਆਇਆ, ਇਹ ਕਹਿੰਦੇ ਆ ਕਿ ਕਾਂਗਰਸ ਸਰਕਾਰ, ਅਕਾਲੀ ਸਰਕਾਰ, ਪਲਾਨੀ ਸਰਕਾਰ, ਚਿੱਟਾ ਦੀ ਇੰਟਰੋਡਕਸ਼ਨ ਅਕਾਲੀ ਦਲ ਦੀ ਸਰਕਾਰ ਸਮੇਂ ਹੋਈ, ਉਦੋਂ ਹੀ ਸਾਰਾ ਕੁਛ ਇਹ ਸਾਰੇ ਲੋਕ ਸਾਡੇ ਚਿੱਟੇ ਦਾ ਪ੍ਰਭਾਵ ਚੱਲੀ, ਜਿਹਨੂੰ ਅੱਜ ਤੱਕ ਖਤਮ ਕਰਦੇ ਕਰਦੇ ਅਸੀਂ ਵੀ ਅਜੇ ਜ਼ੋਰ ਲਾ ਰਹੇ ਹਾਂ, ਪੂਰੀ ਤਰ੍ਹਾਂ ਖਤਮ ਨਹੀਂ ਅਜੇ ਕਰ ਸਕੇ, ਲੱਗੇ ਹੋਏ ਹਾਂ ਅਸੀਂ, ਇੰਨਾ ਪਲਾਤਾ ਇਹਨਾਂ ਨੇ, ਇੰਨਾ ਪਾਪੂਲਰ ਕਰਤਾ ਇਹਨਾਂ ਨੇ। ਔਰ ਇਸੇ ਤਰ੍ਹਾਂ ਹੀ ਇਹਨਾਂ ਦੇ ਸਮੇਂ 'ਚ ਹੀ ਆ ਗੈਂਗਸਟਰ ਜਿਹੜਾ ਹੈਗਾ, ਗੈਂਗਸਟਰ ਕਲਚਰ ਅਕਾਲੀ ਦਲ ਦੇ ਸਮੇਂ 'ਚ ਆਇਆ। ਹਰ ਮਾੜੇ ਕੰਮ, ਹਰ ਜ਼ੁਲਮ ਦਾ ਕੰਮ, ਧਰਮ ਦਾ ਨਾਂ ਵਰਤਣਾ, ਧਰਮ ਦਾ ਨਾਂ ਇਸਤੇਮਾਲ ਕਰਨਾ, ਸਿਆਸੀ ਰੋਟੀਆਂ ਸੇਕਣਾ, ਇਹਨਾਂ ਦੀ ਫਿਤਰਤ ਹੈ। ਇਸ ਕਰਕੇ ਅੱਜ ਰੱਬ ਨੇ ਇਹਨਾਂ ਨੂੰ ਬਹੁਤ ਵੱਡੀ ਸਜ਼ਾ ਦਿੱਤੀ ਵੀ ਹੈ, ਅਤੇ ਇਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦੀ ਹਾਂ ਕਿ ਅੱਗੇ ਤੋਂ ਸੋਚ ਸਮਝ ਕੇ ਕਿਸੇ ਥਾਂ ਤੋਂ ਬੁਲਠਾਉਣ। ਸਾਡਾ ਜੇ ਤੱਕ ਪਰਿਵਾਰ ਦੀ ਗੱਲ ਹੈਗੀ ਹੈ, 70-60 ਸਾਲਾਂ ਦੀ ਅਸੀਂ ਇੱਥੇ ਰਹਿੰਦੇ, ਠੀਕ ਹੈ, ਚੰਗਾਲੀ ਵਾਲਾ ਸਾਡਾ ਪਿਛਲਾ ਪਿੰਡ ਹੈ, ਅਸੀਂ ਇੱਥੇ ਰਹਿੰਦੇ ਹਾਂ ਲਹਿਰੇ ਗਾਕੇ ਦੇ ਵਿੱਚ, ਚੰਡੀਗੜ੍ਹ ਜਾਂ ਆਹ ਮੈਂ ਹੁਣ ਇਸ ਥਾਂ 'ਤੇ ਬਣਾਈ ਹੈ, ਔਰ ਮੈਂ ਅਤੇ ਮੇਰੇ ਪਰਿਵਾਰ ਦਾ ਖੂਨ ਇਸ ਗੱਲ ਦੀ ਗਵਾਹੀ ਭਰਦਾ ਕਿ ਅਸੀਂ ਹਮੇਸ਼ਾ ਬੇਇਨਸਾਫੀ ਦੇ ਖਿਲਾਫ ਲੜੇ ਹਾਂ, ਔਰ ਹਮੇਸ਼ਾ ਅਸੀਂ ਗਰੀਬ ਦੇ ਨਾਲ ਖੜ੍ਹੇ ਹਾਂ, ਅਸੀਂ ਹਮੇਸ਼ਾ ਮਦਦ ਕੀਤੀ ਹੈ ਅਤੇ ਕਰਦੇ ਰਹਾਂਗੇ। ਇਸ ਲਈ ਇਹ ਜਿਹੜੇ ਕੋਹ ਨਾ ਚੱਲੀ ਬਾਬਾ ਧਿਆਈ ਵਾਲੀ ਗੱਲ ਮੰਗੂ ਕਿ ਇਹੋ ਜਿਹਾ ਤੁਹਾਡਾ 2 ਸਾਲ ਹੀ ਹੋਏ ਨੇ, ਤੁਹਾਡੇ ਆ ਕਰਤੂਤਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ, ਕਿਵੇਂ ਤੁਹਾਡੇ ਸਮਿਆਂ ਦੇ ਵਿੱਚ ਵਿਚਾਰੇ ਦਲਿਤ ਪਰਿਵਾਰਾਂ ਨੂੰ ਮਾਰੇ, ਪੂਰੇ ਦੇ ਪੂਰੇ ਟੱਬਰ ਮਰੇ, ਕੀ ਕੀਤਾ ਇਹਨਾਂ ਨੇ ਉਹਦੇ ਵਿੱਚ ਦੱਸਣਾ ਕੀ? ਇਸ ਲਈ ਆ ਝੂਠੀ ਹਮਦਰਦੀ ਕਰਕੇ ਝੂਠੇ ਹੰਝੂ ਬਹਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ, ਇਹਨਾਂ ਨੂੰ ਗੁੰਮਰਾਹ ਕਰਨ ਦੀ ਆਦਤ ਹੈ, ਕਾਂਗਰਸ ਵੱਲ ਉਂਗਲਾਂ ਠਾਉਣ ਤੋਂ ਜਾਂ ਕਾਂਗਰਸ ਸਰਕਾਰ ਮਾੜੀ ਕਰਨ ਤੋਂ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਗੁਰੇਜ਼ ਕਰਨ। ਇਹਨਾਂ ਗੱਲਾਂ ਦਾ ਜਵਾਬ ਦੇਣ ਪਹਿਲਾਂ ਕਿ ਚੈਰੀ ਇਹਨਾਂ ਦਾ ਕੀ ਲੱਗਦਾ ਸੀ ਅਤੇ ਇੱਥੇ ਕਿਉਂ ਛੱਡਿਆ ਹੋਇਆ ਸੀ, ਇਹਨਾਂ ਗਨਾਹਾਂ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਕੀ ਸਜ਼ਾ ਦਵਾਈ, ਇਹ ਜਵਾਬ ਦੇਣ ਇਸ ਗੱਲ ਦਾ ਕਿ ਉਹ ਦੋਵੇਂ ਇੰਸੀਡੈਂਟ, ਮੋਗੇ ਵਾਲਾ ਅਤੇ ਇੱਥੇ ਵਾਲਾ, ਉਹਦੇ ਵਿੱਚ ਇਹਨਾਂ ਨੇ ਕੀ ਸਜ਼ਾ ਦਵਾਈ ਜਾਂ ਕਿ ਕੀ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਇਹਨਾਂ ਦੀ।
ਔਰ ਇਹ ਜਵਾਬ ਦੇਣ ਕਿ ਜੋ ਵੀ ਵਰਗਾੜੀ ਹੋਇਆ ਸਾਰਾ ਕੁਛ ਹੋਇਆ ਉਹਦੇ ਵਿੱਚ ਜੇ ਇਹਨਾਂ ਨੂੰ ਸੱਚੀ ਵੱਲ ਦਿਲ ਤੋਂ ਹਮਦਰਦੀ ਸੀ ਜਾਂ ਸਮਝਦੇ ਸੀ ਕਿਉਂ ਨਹੀਂ ਰਿਜ਼ਾਈਨ ਦਿੱਤਾ, ਕਿਉਂ ਮਨਿਸਟਰ ਬਣ ਕੇ ਬੈਠੇ ਰਹੇ, ਵੱਡੇ ਮਹਿਕਮਿਆਂ ਨਾਲ ਪਿਆਰ ਸੀ ਜਾਂ ਧਰਮ ਨਾਲ ਪਿਆਰ ਸੀ, ਇਹਨਾਂ ਗੱਲਾਂ ਦਾ ਜਵਾਬ ਦੇਣ ਫਿਰ ਕਾਂਗਰਸ ਵੱਲੋਂ ਮੁੜ ਕਰਦੇ। ਦੱਸ ਦਈਏ ਕਿ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਡੇਰਾ ਬਾਬਾ ਨਾਨਕ ਵਿੱਚ ਸਾਬਕਾ ਅਕਾਲੀ ਸਰਪੰਚ ਦਲਵੀਰ ਸਿੰਘ ਢਿੱਲਵਾਂ ਦੇ ਬੇਰਹਿਮੀ ਨਾਲ ਹੋਏ ਕਤਲ ਮਾਮਲੇ 'ਚ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਦੋਸ਼ ਲਾਏ ਸਨ। ਉਹਨਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਵੀ ਕੀਤੀ ਸੀ। ਇਸ ਮੌਕੇ ਉਹਨਾਂ ਨਾਲ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਹਾਜ਼ਰ ਸਨ। ਇਸ ਦੌਰਾਨ ਢੀਂਡਸਾ ਨੇ ਕਿਹਾ ਸੀ ਕਿ ਹਾਲ ਹੀ ਵਿੱਚ ਹੋਏ ਸਾਰੇ ਕਤਲ ਇੱਕੋ ਢੰਗ ਨਾਲ ਹੋਏ ਨੇ, ਜਿਸ ਦੌਰਾਨ ਕਾਂਗਰਸੀ ਵਰਕਰਾਂ ਨੇ ਜ਼ੁਰਮ ਕੀਤਾ ਅਤੇ ਪੁਲਿਸ ਨੇ ਉਸ ਉੱਤੇ ਮਿੱਟੀ ਪਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ। ਢੀਂਡਸਾ ਨੇ ਕਿਹਾ ਸੀ ਕਿ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿੱਚ ਇੱਕ ਦਲਿਤ ਨੌਜਵਾਨ ਜਗਮੇਲ ਸਿੰਘ ਨੂੰ ਵੀ ਹਾਕਮ ਪਾਰਟੀ ਦੇ ਆਗੂਆਂ ਦੀ ਸ਼ਹਿ ਤੇ ਹੀ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ। ਸੰਗਰੂਰ ਤੋਂ ਸੰਜੀਵ ਗੋਇਲ, ਪੰਜਾਬੀ ਲੋਕ ਚੈਨਲ। ਮੇਰਾ ਨਾਮ ਨੀਲਮ ਹੈ, ਮੇਰੇ ਘਰ ਦਾ ਨਾਮ ਸਰਦਾਰ ਸੂਬਾ ਸਿੰਘ ਆ, ਅਸੀਂ ਪਿੰਡ ਆਲੇਵਾਲ ਦੇ ਰਹਿਣ ਵਾਲੇ ਹਾਂ, ਫਿਰੋਜ਼ਪੁਰ, ਜ਼ਿਲ੍ਹਾ ਫਿਰੋਜ਼ਪੁਰ। ਅਤੇ ਮੇਰੇ ਕੈਂਸਰ ਹੋ ਗਿਆ ਸੀ 2000 ਵਿੱਚ, ਅਤੇ ਮੈਂ ਪੀ ਜੀ ਆਈ ਚੰਡੀਗੜ੍ਹ ਤੋਂ ਇਲਾਜ ਕਰਵਾਇਆ ਸੀ ਜੀ। ਉੱਥੋਂ ਓਪਰੇਸ਼ਨ ਕੀਤਾ ਉਹਨਾਂ ਨੇ, ਮੇਰਾ ਓਪਰੇਸ਼ਨ ਕਰਤਾ ਅਤੇ ਇਲਾਜ ਲੂਜ ਤੋਂ ਬਾਅਦ ਮੈਂ 2 ਸਾਲ ਬਾਅਦ ਫਿਰ ਕੈਂਸਰ ਫੁੱਟ ਪਿਆ। ਫਿਰ ਮੈਨੂੰ ਇਹਨਾਂ ਨੇ ਦੱਸਿਆ ਰੋਮੋਸਟੈਟਿਕ ਵਾਲਿਆਂ ਦਾ, ਫਿਰ ਮੈਂ ਇੱਥੇ ਚਲੀ ਗਈ ਅਤੇ ਇੱਥੇ ਮੈਨੂੰ ਜਾਂਦਿਆਂ ਉਹਨਾਂ ਨੇ 8 ਦਿਨ ਦੀ ਦਵਾਈ ਦਿੱਤੀ, ਅਤੇ 8 ਦਿਨ ਬਾਅਦ ਮੈਨੂੰ ਥੋੜ੍ਹਾ ਫਰਕ ਪੈਣਾ ਸ਼ੁਰੂ ਹੋ ਗਿਆ ਕਿ ਮੈਨੂੰ ਪਹਿਲਾਂ ਐਂ ਸੀਗਾ ਕਿ ਨਹੀਂ ਬਚਦੀ। ਫਿਰ ਮੜ ਕੇ ਜਦੋਂ ਇਹਨਾਂ ਦਵਾਈ ਦਿੱਤੀ ਤਾਂ ਉਹਦੇ ਨਾਲ ਮੈਨੂੰ ਬਹੁਤ ਫਰਕ ਪੈ ਗਿਆ। 8 ਦਿਨਾਂ 'ਚ ਥੋੜ੍ਹਾ ਜਿਹਾ ਪੈਣਾ ਫਰਕ ਹੋ ਗਿਆ। 3 ਮਹੀਨੇ ਦਾ ਇਲਾਜ ਸੀ ਇਹਨਾਂ ਦਾ, ਵੀ 3 ਮਹੀਨੇ ਅਸੀਂ ਦਵਾਈ ਖਵਾਵਾਂਗੇ ਫਿਰ ਠੀਕ ਕਰਾਂਗੇ ਤੈਨੂੰ। ਉਹ 3 ਮਹੀਨਿਆਂ ਦੇ ਵਿੱਚ ਉਹ ਵੀ ਮੈਂ 8 ਦਿਨ ਘੱਟ ਹੀ ਖਾਧੀ ਦਵਾਈ, ਅਤੇ ਮੈਂ ਠੀਕ ਹੋ ਗਈ ਬਿਲਕੁਲ। ਫਿਰ ਮੈਂ ਇੱਥੋਂ ਬਾਗੀ ਤੋਂ ਕਰਵਾਇਆ, ਸੀਟੀ ਸਕੈਨ ਕਰਵਾਈ, ਸਾਰੇ ਟੈਸਟ ਦੁਬਾਰਾ ਕਰਵਾਏ ਵੀ ਕੈਂਸਰ ਹੋ ਫਿਰ ਰਹਿ ਤਾਂ ਨਹੀਂ ਗਿਆ ਕਿਤੇ। ਉਹ ਕਹਿੰਦੇ ਨਹੀਂ ਜੀ, ਹੁਣ ਤੂੰ ਬਿਲਕੁਲ ਠੀਕ ਆ।